ਹੋ ਰਹੀ ਆ ਪਰ ਮੇਰਾ ਖਿਆਲ ਕਿ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਇਆ। ਤੁਸੀਂ ਵੀ ਸਾਰੇ ਬੜੇ ਪੁਰਾਣੇ ਹੋ, ਕਈ ਕਈ ਤੁਸੀਂ ਪੰਚਾਇਤ ਦੀਆਂ ਇਲੈਕਸ਼ਨਾਂ ਦੇਖ ਲਈਆਂ, ਪਰ ਇੰਨੀ ਗੁੰਡਾਗਰਦੀ ਕਿਸੇ ਕਦੀ ਨਹੀਂ ਹੋਈ। ਜ਼ੀਰੇ ਦੇ ਵਿੱਚ ਹਮੇਸ਼ਾ ਹੀ ਗੁੰਡਾਗਰਦੀ ਜਿਹੜੀ ਆ, ਜਦੋਂ ਦੀ ਆਮ ਆਦਮੀ ਪਾਰਟੀ ਆਈ ਆ, ਤੀਜਾ ਹਮਲਾ ਜ਼ੀਰਾ ਸਾਹਿਬ ਦੇ ਉੱਪਰ ਹੋ ਗਿਆ। ਔਰ ਮੈਨੂੰ ਸਭ ਤੋਂ ਵੱਡੀ ਮੇਰੀ ਹੈਰਾਨੀ ਵਾਲੀ ਗੱਲ ਆ ਕਿ ਇਸੇ DIG ਦੇ ਟਾਈਮ 'ਚ ਦੋ ਤੀਜਾ ਜਿਹੜਾ ਹਮਲਾ ਗੁਰਬੀਰ 'ਤੇ ਹੋ ਗਿਆ, ਦੋ ਪਹਿਲੇ ਪੱਤੇ ਕੀਤੇ। ਔਰ ਮੈਂ ਕਹਿ ਸਕਦਾ ਕਿ ਜਿਸ ਦਿਨ ਮੈਂ ਤੁਹਾਡੇ ਉੱਥੇ ਬਲੌਕ ਜ਼ੀਰੇ 'ਚ ਆਇਆ, ਮੇਰੀ ਰਸਤੇ 'ਚ DGP ਸਾਹਿਬ ਨਾਲ ਗੱਲ ਹੋਈ ਔਰ ਇਸੇ DIG ਨੇ ਮੇਰੇ ਨਾਲ ਗੱਲ ਕੀਤੀ। ਇਹ ਬ੍ਰੀਚ ਆਫ ਟਰੱਸਟ ਆ, ਇਸ ਇੱਕ ਵਿਸ਼ਵਾਸਘਾਤ ਕੀਤਾ DIG ਨੇ, ਰਣਜੀਤ ਸਿੰਘ ਨੇ। ਮੇਰੇ ਨਾਲ ਗੱਲ ਹੋਈ ਕਿ ਮੈਨੂੰ ਜੀ DGP ਸਾਹਿਬ ਦੀ ਕਾਲ ਆਈ ਆ ਅਤੇ ਆਪਾਂ ਜੀ ਜ਼ੀਰਾ ਸਾਹਿਬ ਨੂੰ ਕਹੀਏ ਕਿ ਇੱਥੋਂ ਇਹ ਆਪਣਾ ਧਰਨਾ ਚੁੱਕਣ। ਮੈਂ ਕਿਹਾ ਜਿਹੜਾ ਤੁਸੀਂ ਅੱਜ ਪਰਚਾ ਕਰਨਾ ਉਹ ਕਰ ਦਿਉ ਅਤੇ ਮੈਂ ਜ਼ੀਰੇ ਦਾ ਧਰਨਾ ਚੁਕਵਾ ਲਾਂਗਾ। ਕਹਿੰਦੇ ਜੀ ਪਰਚਾ ਕੋਈ ਬਣਦਾ ਹੀ ਨਹੀਂ ਅਤੇ ਅਸੀਂ ਪਰਚਾ ਦੇਵਾਂਗੇ ਕੀ, ਟ੍ਰੈਸ ਪਾਸਿੰਗ ਨਹੀਂ ਹੈਗੀ। ਇਹਨੇ ਮੈਨੂੰ ਇਹ ਵਰਡ ਕਹੇ ਨੇ ਇਸ DIG ਨੇ। ਔਰ ਜਿਸ ਵੇਲੇ ਧਰਨਾ ਚੱਕਿਆ ਗਿਆ ਅਤੇ ਕੁਲਬੀਰ ਸਿੰਘ ਜ਼ੀਰਾ ਇਹਨਾਂ ਬੰਦਿਆਂ ਦੇ ਉੱਤੇ FIR ਕਰ ਦਿੱਤੀ ਗਈ। ਜਿਸ ਵੇਲੇ ਦੁਬਾਰਾ ਹੋਈ ਇਸ ਪਰਿਵਾਰ ਦੇ ਉੱਤੇ ਫਿਰ ਇਸੇ DIG ਸਾਹਿਬ ਨੇ ਕੀਤੀ ਅਤੇ ਅੱਜ ਮੇਰਾ ਖਿਆਲ ਦੱਸਦੇ ਨੇ ਇਸ DIG ਨੂੰ ਇੱਥੇ ਦੁਬਾਰਾ ਰੀਜੁਆਇਨ ਕੀਤਿਆਂ ਨੂੰ ਟਾਈਮ ਨਹੀਂ ਹੋਇਆ ਅਤੇ ਅੱਜ ਫਿਰ ਹਮਲਾ ਜਿਹੜਾ ਇਹ ਕੁਲਬੀਰ ਸਿੰਘ ਜ਼ੀਰਾ 'ਤੇ ਕੀਤਾ ਗਿਆ। ਇਹਦੇ 'ਚ ਮੈਂ ਸਮਝਦਾ ਕਿ DIG ਸਾਹਿਬ ਨੂੰ ਕੋਈ ਬਹੁਤ ਵੱਡੀ ਪੋਸਟਿੰਗ, ਰਿਟਾਇਰਮੈਂਟ ਬਹੁਤ ਨੇੜੇ ਆ ਅਤੇ ਦੇਖੋ ਬੜੇ ਵਧੀਆ ਡਿਸਟ੍ਰਿਕਟ 'ਚੋਂ ਕਮਿਸ਼ਨਰ ਆਫ ਪੁਲਿਸ ਲੱਗੇ ਸੀਗੇ ਉੱਥੇ, ਬੜਾ ਬਹੁਤ ਘੱਟ ਲੋਕਾਂ ਨੂੰ ਮੌਕਾ ਮਿਲਦਾ ਦਰਬਾਰ ਸਾਹਿਬ ਦੀ ਸੇਵਾ ਕਰਨ ਦਾ, ਔਰ ਜਿਹੜਾ ਉੱਥੇ ਲੱਗਦਾ ਅਤੇ ਉਹ ਉੱਥੇ ਆਪਣੇ ਆਪ ਨੂੰ ਬਹੁਤ ਸਮਝਦਾ ਕਿ ਮੇਰੀ ਗੁਰੂ ਸਾਹਿਬ ਦੇ ਚਰਨਾਂ 'ਚ ਸੇਵਾ ਲੱਗੀ ਹੈ ਅਤੇ ਮੇਰੀ ਟ੍ਰਾਂਸਫਰ ਨਾ ਕਰ ਦਿੱਤੀ ਜਾਏ। ਪਰ ਉਹਨੇ ਮੇਰਾ ਖਿਆਲ ਗੁਰੂ ਦੀ ਸੇਵਾ ਕਰਨ ਦੀ ਬਜਾਏ ਕੁਲਵੀਰ ਦੀ ਸੇਵਾ ਵੱਧ ਕਰਨ ਲਈ ਤਰਜੀਹ ਦਿੱਤੀ। DSP ਜਾਂ ਕੋਈ ਵੀ, ਉਹਨੂੰ ਮੈਂ ਇੰਨਾ ਵੱਡਾ ਕਲਪ੍ਰੇਟ ਨਹੀਂ ਸਮਝਦਾ। ਮੇਰੇ ਖਿਆਲ 'ਚ ਜੋ ਸ਼ੈ DGP ਦੀ ਆ ਉਹ ਕੁਲਵੀਰ ਦੇ ਹਰ ਵਾਰੀ ਇਹ ਹਮਲਾ ਹੁੰਦਾ ਅਤੇ ਮੈਂ ਪਰਮਾਤਮਾ ਅੱਗੇ ਇਹੀ ਕਹੂੰਗਾ ਕਿ ਛੋਟੀ ਮੋਟੀ ਚੇਅਰਮੈਨੀ ਲੈਣ ਦੀ ਬਜਾਏ DIG ਨੂੰ ਗਵਰਨਰ ਦਾ ਅਹੁਦਾ ਮਿਲਣਾ ਚਾਹੀਦਾ। ਮੈਂ ਤਾਂ ਯਾਰ ਤੁਹਾਡੇ ਸਾਹਮਣੇ ਮੈਂ ਕਹੀ ਜਾਂਦਾ ਕਿ ਜਿੰਨੀ ਵਾਰ ਹੋਇਆ ਪਰਚਾ ਮੇਰੇ ਨਾਲ ਗੱਲ ਕੀਤੀ ਕਿ ਤੂੰ ਚੁਕਵਾ ਦਿਉ ਅਤੇ ਅਸੀਂ ਕੋਈ FIR ਨਹੀਂ ਕਰ ਰਹੇ ਅਤੇ ਚੁਕਵਾ ਕੇ ਤੀਜੇ ਦਿਨ ਮੇਰੇ ਨਾਲ ਗੱਲ ਕੀਤੀ ਆ, ਉਹਨੂੰ ਪੁੱਛ ਲਓ ਜਾ ਕੇ ਕੀਤੀ ਕਿ ਨਹੀਂ ਕੀਤੀ ਗੱਲ ਮੇਰੇ ਨਾਲ। ਇਹਦਾ ਮਤਲਬ ਕਿ ਜਿਸ ਉਹਦੇ 'ਤੇ ਮੈਂ ਝੂਠ ਬੋਲ ਰਿਹਾ, ਉਹਦਾ ਬ੍ਰੀਚ ਆਫ ਟਰੱਸਟ ਸੀ, ਇੱਕ ਵਿਸ਼ਵਾਸਘਾਤ ਸੀ ਕਿ ਇੱਕ ਲੀਡਰ ਨੂੰ ਕਹਿਣਾ ਕਿ ਜੀ ਅਸੀਂ ਕੋਈ, ਮੈਂ ਕਿਹਾ ਜੇ ਕਰਨ ਤਾਂ ਅੱਜ ਦੀ ਕਰ ਦਿਉ ਅਤੇ ਮੈਂ ਫਿਰ ਵੀ ਇਹਨੂੰ ਕਹੂੰਗਾ ਕਿ ਬਾਕੀ ਬੰਦੇ ਜਾਓ ਅਤੇ ਇਹਨੂੰ ਅਰੈਸਟ ਕਰਕੇ ਲੈ ਜਾਓ। ਕਹਿੰਦੇ ਜੀ ਕੋਈ ਬਣਦੀ ਨਹੀਂ ਅਤੇ ਉਹਦੇ ਬਾਅਦ ਪਰਚਾ ਕਰਨਾ, ਇਹ ਗਲਤ ਗੱਲ ਹੈ। ਔਰ ਉਹਦੀ ਪਤਾ ਨਹੀਂ ਅਤੇ ਮੇਰੀ ਬਜਾਏ DIG ਮੇਰੇ ਤੋਂ ਬੈਟਰ ਦੱਸ ਸਕਦਾ ਕਿ ਉਹਦੇ ਨਾਲ ਪਰਸਨਲ ਕੀ ਗੱਲ ਹੈ ਅਤੇ ਕੀ ਇੱਦਾਂ ਜ਼ੀਰਾ ਸਾਹਿਬ ਨੇ ਕੀ ਕਿਹਾ ਮੇਰੇ ਨਾਲ, ਮੇਰੇ ਨਾਲ ਉਹ ਜ਼ਿਆਦਾ ਵਧੀਆ ਜਵਾਬ ਦੇ ਸਕਦਾ। ਪਰ ਮੈਂ ਆਸ ਕਰੂੰਗਾ ਕਿ ਉਹਨਾਂ ਨੂੰ ਚੰਗੀ ਪੋਸਟਿੰਗ ਮਿਲਣੀ ਚਾਹੀਦੀ ਹੈ ਕੁਲਵੀਰ ਸਿੰਘ ਜ਼ੀਰੇ 'ਤੇ ਇੰਨੇ ਪਰਚੇ ਕਰਨ ਦੀ। ਸਰ ਕਾਂਗਰਸ ਪਾਰਟੀ ਦਾ ਅਗਲਾ ਐਕਸ਼ਨ ਕੀ ਹੋਊਗਾ? ਕਰਾਂਗੇ, ਸਾਡੇ ਪ੍ਰਧਾਨ ਜੀ ਉੱਥੇ ਬੈਠੇ ਨੇ, ਅੱਜ ਉਹਨਾਂ ਨੇ ਸ਼ਾਮੀ ਪਹੁੰਚ ਜਾਣਾ
ਤੇ ਕੱਲ 4 ਤਰੀਕ ਤੋਂ ਅਸੀਂ ਉੱਥੇ DGP ਨੂੰ ਵੀ ਮਿਲਾਂਗੇ, ਬਾਕੀ ਸਾਰਿਆਂ ਨੂੰ ਮਿਲਾਂਗੇ। ਪਰ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਸ਼ ਹੋ ਰਿਹਾ, ਕਿਸੇ ਵੀ ਬਲਾਕ ਦੇ ਵਿੱਚ ਪੰਚਾਇਤ ਸੈਕਟਰੀ ਨਹੀਂ ਬੈਠੇ। ਮੈਂ ਅੱਜ ਹੁਣੇ ਬੈਠੇ ਸੀਗੇ ਸਾਰੇ, ਮੈਂ ਵੀਡੀਓ ਧਾਰੀਵਾਲ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਕਿਹਾ ਯਾਰ ਉਹਨੂੰ ਝੂਠ ਹੀ ਕਹੀ ਜਾ ਰਿਹਾ ਕਿ ਸੋਨੂੰ ਅਸੀਂ ਜਿਹੜਾ ਨਹੀਂ ਉਹਦੀ ਥਾਂ ਉਹਦੇ ਜਿਹੜੇ ਹੁੰਦੇ ਆ ਐਡਮਿਨਿਸਟ੍ਰੇਟਰ ਉਹਦੀ ਆ। ਮੈਂ ਕਿਹਾ ਕਦੀ ਐਡਮਿਨਿਸਟ੍ਰੇਟਰ ਵੀ ਚੁੱਲ੍ਹਾ ਟੈਕਸ ਦੀ ਪਰਚੀ ਦੇ ਸਕਦਾ? ਅਤੇ ਮੈਂ ਕਿਹਾ ਤੂੰ ਝੂਠ ਹੀ ਬੋਲੀ ਜਾ। ਮੈਂ DC ਨੂੰ ਮੈਸੇਜ ਪਾਇਆ ਕਿ ਸੋਨੂੰ ਮਸੀਹ ਅੱਜ ਵੀ ਨਹੀਂ ਪਹੁੰਚਿਆ, ਔਰ ਜੋ ਕੱਲ੍ਹ ਗੁਰਦਾਸਪੁਰ ਦੇ ਵਿੱਚ ਅਸੀਂ ਸਾਰੇ ਲੀਡਰ ਗਏ ਹਾਂ, ਤਾਂ ਉਸੇ ਜੋ DC ਦਾ ਬਿਹੇਵੀਅਰ ਸੀਗਾ, ਇਹ ਪੰਜਾਬ 'ਚ ਡੈਮੋਕ੍ਰੇਸੀ ਦਾ ਕਾਣ ਹੋ ਗਿਆ। ਤੁਸੀਂ ਸਾਡੇ ਵੇਲੇ ਵੇਚਦੇ ਰਹੇ ਹੋ, ਕਦੀ ਇਹ ਨਹੀਂ ਸੀ ਹੋਇਆ ਕਿ ਚੁੱਲ੍ਹਾ ਟੈਕਸ ਨਹੀਂ ਸੀ ਕਿਸੇ ਨੂੰ ਰੋਕਿਆ। ਅਤੇ ਮੇਰੇ ਖਿਆਲ 'ਚ ਕਿ ਜੋ ਐਤਕੀ ਹੋਇਆ ਚੁੱਲ੍ਹਾ ਕਿਸੇ ਨੇ ਘਰ ਲਿਆ ਨਹੀਂ, ਚੁੱਲ੍ਹਾ ਟੈਕਸ ਦੀ ਹੁਣ ਲੋੜ ਵੀ ਨਹੀਂ। ਅਤੇ ਇਸ ਅਸੈਂਬਲੀ 'ਚ ਲਿਆ ਕੇ ਜਦੋਂ ਸਰਕਾਰ ਆਏਗੀ, ਸਭ ਤੋਂ ਪਹਿਲਾਂ ਚੁੱਲ੍ਹਾ ਟੈਕਸ ਖਤਮ ਕੀਤਾ ਜਾਏਗਾ, ਤਾਂ ਕਿ ਲੋਕਾਂ ਦੀ ਲੁੱਟ ਖਸੁੱਟ ਅਤੇ ਪੰਚਾਇਤਾਂ ਦੀ ਲੁੱਟ ਜਿਹੜੀ ਇਹਨੂੰ ਬੰਦ ਕੀਤਾ ਜਾਏ।